ਪੰਜਾਬ ਦੇ ਆਹ ਪਿੰਡ ਨੇ ਇੰਨਾ ਘੈਂਟ ਕਦਮ ਚੁੱਕਿਆ ਕਿ ਸਾਰੇ ਪਿੰਡ ਹੁਣ ਇਹ ਚੀਜ਼ ਰੀਲੀਜ਼ ਕਰਨਗੇ। ਆਹ ਦੇਖੋ ਤਾਂ ਕੀ ਲਿਖਿਆ, ਕੂੜਾ ਲਿਆਓ ਪੈਸੇ ਕਮਾਓ ਅਤੇ ਇਨਾਮ ਪਾਓ। ਇਹ ਪਿੰਡ ਰਣਸੀਹ ਕਲਾਂ ਦੇ ਵਿੱਚ ਖੜ੍ਹਾ, ਰਣਸੀਹ ਕਲਾਂ ਕੋਈ ਪਹਿਚਾਣ ਦਾ ਮੁਹਤਾਜ ਨਹੀਂ ਹੈਗਾ। ਬਹੁਤ ਲੋਕ ਜਾਣਦੇ ਹੋਣਗੇ ਕਿ ਇੱਥੋਂ ਦਾ ਸਰਪੰਚ ਆ ਜਿਹੜਾ ਨੌਜਵਾਨ ਸਰਪੰਚ ਆ, ਇੱਥੋਂ ਦੀ ਪੰਚਾਇਤ ਇੰਨੀ ਚੰਗੀ ਆ ਕਿ ਪਿੰਡ 'ਤੇ ਅੰਨਾ ਪੈਸਾ ਵਗਾਇਆ। ਇੱਧਰਲੇ ਪਾਸੇ ਦਿਖਾ ਬਈ, ਜੂਮ ਜਾਮ ਕਰਕੇ ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਬਣਾਈ ਹੋਈ ਹੈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ 'ਤੇ ਲਾਇਬ੍ਰੇਰੀ ਬਣਾਈ ਹੋਈ ਆ। ਇੱਧਰਲੇ ਪਾਸੇ ਦੇਖੋ ਬੁੱਤ ਵਗੈਰਾ ਬਣਾਏ ਹੋਏ, ਅਤੇ ਇੱਧਰਲੇ ਪਾਸੇ ਜੂਮ ਮਾਰ ਜਿਹੜਾ ਤਾਂ ਲਿਖਿਆ ਵਾ, ਇਹ ਕਹਿੰਦੇ ਵੀ ਤੁਹਾਡਾ ਕੂੜਾ ਸਾਡੀ ਜ਼ਿੰਮੇਵਾਰੀ, ਵੀ ਤੁਹਾਡਾ ਕੂੜਾ ਜਿਹੜਾ ਤੁਸੀਂ ਇਹਨਾਂ ਨੂੰ ਵੇਸਟ ਲਿਆ ਕੇ ਦਿਓਗੇ, ਇਹ ਉਹਦੇ ਤੁਹਾਨੂੰ ਪੈਸੇ ਦੇਣਗੇ, ਤੁਹਾਨੂੰ ਇਨਾਮ ਦੇਣਗੇ, ਅਤੇ ਆਪ ਇਹ ਤੁਹਾਡਾ ਕੂੜਾ ਜਿਹੜਾ ਉਹ ਸਟੋਰ ਕਰਕੇ ਰੱਖਣਗੇ। ਜਿਵੇਂ ਪਲਾਸਟਿਕ ਦੀਆਂ ਬੋਤਲਾਂ ਹੋ ਗਈਆਂ, ਬੱਚਿਆਂ ਦੇ ਡਾਇਪਰ ਵਗੈਰਾ ਹੋ ਗਏ, ਹੋਰ ਕਾਫੀ ਚੀਜ਼ਾਂ ਜੋ ਪਲਾਸਟਿਕ ਦੇ ਨਾਲ ਰਿਲੇਟ ਕਰਦੀਆਂ, ਉਹ ਚੀਜ਼ਾਂ ਤੁਸੀਂ ਇਹਨਾਂ ਨੂੰ ਲਿਆ ਕੇ ਦੇਣੀਆਂ। ਇਹ ਹਜੇ ਦਾ ਉਦਘਾਟਨ ਹੋਊਗਾ ਵਗੈਰਾ, ਤੁਸੀਂ ਬੂਣ ਬਾਣ 'ਤੇ ਇਹਨਾਂ ਨਾਲ ਗੱਲਬਾਤ ਪਿੰਡ ਆ ਕੇ ਵੀ ਮਿਲ ਸਕਦੇ ਹੋ। ਪਿੰਡ ਰਣਸੀਹ ਕਲਾਂ ਮੋਗੇ ਦੇ ਵਿੱਚ ਬਿਲਕੁਲ ਪੈਂਦਾ ਨਿਹਾਲ ਸਿੰਘ ਵਾਲੇ ਦੇ ਕੋਲ ਹੈ ਨਾ। ਆਹ ਦੇਖੋ ਗ੍ਰਾਮ ਪੰਚਾਇਤ ਰਣਸੀਹ ਕਲਾਂ, ਵੀ ਯਾਰ ਮੈਂ ਇਹਨਾਂ ਦਾ ਫੈਨ ਹੋ ਗਿਆ ਇਸ ਗੱਲ ਤੋਂ ਵੀ ਯਾਰ ਇਹੋ ਜਿਹੇ ਵੀ ਸਰਪੰਚ ਪਿੰਡ ਦੇ ਵਿੱਚ ਬੈਠੇ। ਅੱਜ ਕੱਲ੍ਹ ਸਰਪੰਚਾਂ ਦੇ ਬਾਰੇ ਅਫਵਾਹਾਂ ਸੁਣੀਆਂ, ਪਰ ਇਹ ਸਰਪੰਚ ਇੰਨਾ ਚੰਗਾ ਯਾਰ ਪਿੰਡ 'ਤੇ ਇੰਨਾ ਕੁਝ ਜਿਹੜਾ ਕਿ ਕਰ ਰਿਹਾ ਨਾ ਬੰਦਾ, ਯਾਰ ਕਮਾਲ ਦੀ ਗੱਲਬਾਤ ਆ। ਪਹਿਲਾਂ ਤਾਂ ਸਲਾਮ ਇਹੋ ਜਿਹੇ ਬੰਦੇ ਨੂੰ ਜਿਹੜਾ ਪਿੰਡ ਦੇ ਬਾਰੇ ਇੰਨਾ ਸੋਚ ਰਿਹਾ, ਜਿਹੜੀ ਪੰਚਾਇਤ ਪਿੰਡ ਦੇ ਬਾਰੇ ਇੰਨਾ ਸੋਚ ਰਹੀ ਆ, ਕਮਾਲ ਦੀ ਗੱਲਬਾਤ ਆ। ਇੱਧਰਲੇ ਪਾਸੇ ਇਹਨਾਂ ਨੇ ਬਈਆ ਬੋਕਸ ਜਿਹੇ ਬਣਾਏ ਹੋਏ ਆ, 1 2 3 ਇਹ 8 ਕੁ ਬੋਕਸ ਹੈਗੇ ਆ। ਇਹਦੇ ਵਿੱਚ ਤੁਹਾਡਾ ਦਿੱਤਾ ਹੋਇਆ, ਤੁਹਾਡਾ ਲਿਆਂਦਾ ਹੋਇਆ ਕੂੜਾ ਜਿਹੜਾ ਉਹ ਸਟੋਰ ਹੋਊਗਾ। ਅਤੇ ਕਿਉਂ ਬਈ ਪਹਿਲਾਂ ਤਾਂ ਅਮਰ ਦੱਸ ਦੇਵੇ, ਕਮਾਲ ਆ ਨਾ ਯਾਰ ਬੰਦੇ, ਬਹੁਤ ਵਧੀਆ ਗੱਲ ਹੈ, ਸਰਾਹੀ ਆ ਯਾਰ ਸਰਾਹੀ ਤਾਂ ਬਈ, ਆਪਾਂ ਇਹਦੀ ਗੱਲ ਕਦੇ ਦੇਖੀ ਵੀ ਨਹੀਂ ਸੀ ਯਾਰ। ਆਪਣੇ ਮੰਨ ਕੇ ਸਰਪੰਚ ਤਾਂ ਆਪਾਂ ਦੇਖਿਆ ਕੰਮ ਕਰਦੇ, ਪਰ ਆਹ ਸਰਪੰਚ ਵੱਲਾ ਹੀ ਆ, ਇਹ ਵੱਲਾ ਹੀ ਆ ਸਰਪੰਚ ਸਰਾਹੀ। ਹਾਂ, ਇਹ ਇਹੋ ਜਿਹਾ ਸਰਪੰਚ ਨੇ ਕਦੇ ਕਦਮ ਚੁੱਕਿਆ ਨਹੀਂ ਆਪਣੇ ਹੋਰ ਪਿੰਡਾਂ ਦੇ ਵਿੱਚ ਨਾ। ਇਹ ਕਹਿੰਦੇ ਵੀ ਤੁਹਾਡਾ ਇੱਥੇ ਕੂੜਾ ਜਿਹੜਾ ਉਹ ਇੱਥੇ ਲਿਆ ਕੇ ਇਹਦੇ ਵਿੱਚ ਬੋਕਸ ਦੇ ਵਿੱਚ ਪਾਇਆ ਜਾਊਗਾ, ਜਾਂ ਬੋਕਸ ਇਹ ਭਰ ਜਾਣਗੇ, ਮੰਨ ਕੇ ਚੱਲੋ ਇਹ ਰੀਸਟੋਰ ਹੋਊਗਾ ਨਾ ਬਾਈ ਇਹ। ਬਾਕੀ ਅਮਰ ਦੇ ਇੱਕ ਹੋਰ ਗੱਲ, ਵੱਡੇ ਸ਼ਹਿਰਾਂ ਦੇ ਵਿੱਚ ਇੱਕ ਹੋਰ ਗੱਲ ਆ, ਇਹ ਨਾ ਕਹਿੰਦੇ ਆ ਵੀ ਪਿੰਡ ਵਾਲਾ ਯੋਗਦਾਨ ਵੀ ਬਹੁਤ ਵੱਡਾ ਵਾ, 80% ਪਿੰਡ ਵਾਲਾ ਯੋਗਦਾਨ ਹੈ, 80% ਪਿੰਡ ਵਾਲਾ ਦਾ ਯੋਗਦਾਨ। ਹਾਂ, ਅਸੀਂ ਘਰੇ ਗੱਲ ਕੀਤੀ ਸੀਗੀ ਸਰਪੰਚ ਸਾਹਿਬ ਦੇ ਮਾਤਾ ਜੀ ਉਹਨਾਂ ਨਾਲ, ਉਹ ਕਹਿੰਦੇ ਵੀ 80% ਪਿੰਡ ਦਾ ਯੋਗਦਾਨ ਆ, ਪਿੰਡ ਦੇ ਬੰਦੇ ਬਹੁਤ ਵਧੀਆ, ਕਿਉਂਕਿ ਜੇ ਪਿੰਡ ਦਾ ਸਹਿਯੋਗ ਹੋਵੇ ਫੇਰ ਹੀ ਆ ਬਾਈ ਹਨਾ। ਹਾਂ, ਤੇ ਬਾਕੀ ਬਾਈ ਪਿੰਡ ਦਾ ਸਰਪੰਚ ਹੋਣੀ ਹੋਵੇ, ਪਿੰਡ ਦੀ ਪੰਚਾਇਤ, ਜਿੰਨੇ ਵੀ ਪਿੰਡ ਦੇ ਮੋਹਦਵਾਰ ਬੰਦੇ ਹਨ, ਸਾਰੇ ਬੰਦੇ ਘੈਂਟ ਆ ਯਾਰ ਇੱਥੋਂ ਦੇ। ਆਪਾਂ ਆਹ ਦੇਖੋ ਇੱਧਰਲੇ ਪਾਸੇ ਰਣਸੀਹ ਕਲਾਂ ਮੇਲਾ, ਤਾਂ ਇਹ ਬਾਈ ਅਗਲੇ ਸਾਲ ਤੱਕ ਜੇ ਆਈ ਚੱਲਦਾ ਰਿਹਾ ਤਾਂ ਪੂਰਾ ਸੁਰੱਖਿਆ ਦੇ ਵਿੱਚ ਆਜੂ ਪਿੰਡ ਦਾ ਬਾਈ। ਆਹ ਸਾਰਾ ਵੀ ਇਹਨਾਂ ਨੇ ਕੂੜਾ ਰੱਖਿਆ ਹੋਇਆ, ਵੀ ਇਹਨਾਂ ਨਾਲ ਤੁਸੀਂ ਆ ਕੇ ਸੰਪਰਕ ਕਰਨਾ ਪਿੰਡ ਦੇ ਵਿੱਚ, ਆਪਦਾ ਕੂੜਾ ਕਾਗਜ਼ ਜੇ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਇਹਨਾਂ ਨੂੰ ਦੇ ਜਿਓ। ਇਹ ਕਹਿੰਦੇ ਵੀ ਅਸੀਂ ਨਾ ਕੂੜਾ ਐਂ ਅਵਾਰਾਂ ਨੇ ਸੁੱਟਣ ਦੇਣਾ, ਪੰਜਾਬ ਦੇ ਵਿੱਚ ਗੰਦਗੀ ਨਹੀਂ ਫੈਲਣ ਦੇਣੀ, ਜੇ ਕੋਈ ਕੂੜਾ ਤੁਹਾਡਾ, ਕਿਉਂਕਿ ਪਲਾਸਟਿਕ ਆ ਬਾਈ ਉਹ ਗਲਦੀ ਨਹੀਂ ਹੈਗੀ ਨਾ, ਕਿੰਨਾ ਟਾਈਮ ਪਈ ਰਹੇ, ਪਤਾ ਨਹੀਂ 500 ਸਾਲ 5000 ਸਾਲ ਇਹ ਗਲਦੀ ਨਹੀਂ ਹੈਗੀ ਪਲਾਸਟਿਕ। ਅਤੇ ਇਹਨਾਂ ਨੇ ਇਹ ਇਹਨਾਂ ਦਾ ਹੱਲ ਕੱਢਿਆ, ਕਿਉਂਕਿ ਪਲਾਸਟਿਕ ਨੂੰ ਆਪਾਂ ਰੀਸਾਈਕਲ ਕਰ ਸਕਦੇ ਹਾਂ, ਬੋਤਲਾਂ ਨੂੰ, ਕੋਈ ਵੀ ਬੋਤਲਾਂ ਹੁੰਦੀਆਂ ਜਾਂ ਕੋਈ ਪਲਾਸਟਿਕ ਦੇ ਲਿਫਾਫੇ ਲਫੂਫੇ, ਤੁਸੀਂ ਇਹਨਾਂ ਨੂੰ ਇੱਥੇ ਲਿਆ ਕੇ ਦਿੰਦੇ ਆ, ਸਟੋਰ ਕਰਕੇ ਗਾਂਹ ਵੱਡੇ ਸ਼ਹਿਰ ਲੁਧਿਆਣਾ ਵਗੈਰਾ ਦੇ ਵਿੱਚ ਭੇਜਣਗੇ, ਉੱਥੇ ਚੀਜ਼ਾਂ ਰੀਸਾਈਕਲ ਹੋਣਗੀਆਂ ਅਤੇ ਇਹਦੇ ਬਦਲੇ ਤੁਹਾਨੂੰ ਇਨਾਮ ਵੀ ਮਿਲਣਗੇ ਨਾ। ਅਤੇ ਪੈਸੇ ਅਮਰ ਦੀ ਇੱਕ ਗੱਲ ਤੋਂ ਨੋਟ ਕੀਤੀ ਆ, ਪਿੰਡ 'ਚ ਕਿੰਨੀ ਸਫਾਈ ਆ ਯਾਰ, ਪਿੰਡ ਦੇ ਵਿੱਚ ਬਹੁਤ ਸਫਾਈ ਆ ਬਾਈ, ਉੱਧਰਲੇ ਪਾਸੇ ਤੁਹਾਨੂੰ ਦਿਖਾਵਾਂਗੇ, ਮਿੰਨੀ ਚੰਡੀਗੜ੍ਹ ਹੀ ਲੱਗਦਾ ਨਾ। ਹਾਂ, ਇੱਧਰਲੇ ਪਾਸੇ ਗੋਲ ਜਿਹਾ ਘਰ ਹੋਰ ਆ, ਮੇਰੇ ਖਿਆਲ ਇਹਦਾ ਸਿਸਟਮ ਹੀ ਆ, ਬਹੁਤ ਸੋਹਣਾ ਯਾਰ, ਇਹਦਾ ਕਮਾਲ ਕੀਤੀ ਪਈ ਆ ਯਾਰ, ਆਹ ਚੀਜ਼ ਤਾਂ ਆਪਾਂ ਕਦੇ ਪਿੰਡ ਦੇ ਵਿੱਚ ਦੇਖੀ ਨਹੀਂ ਯਾਰ, ਇੰਨਾ ਵਧੀਆ ਸਰਪੰਚ ਯਾਰ ਪਿੰਡ ਦਾ, ਵਾਹ ਬਹੁਤ ਵਧੀਆ ਕੰਮ ਕੀਤਾ ਯਾਰ। ਆਹ ਦੇਖੋ ਯਾਰ, ਮੈਂ ਕਹਿੰਦਾ ਯਾਰ ਕੰਧਾਂ ਨੂੰ ਵੀ ਦੇਖ ਲੈ, ਵਾਹ ਪੇਂਟ ਪੂੰਟ ਕਰ ਕਿੰਨਾ ਸੋਹਣਾ ਲੱਗਦਾ ਯਾਰ ਪਿੰਡ ਨਾ, ਆਹ ਚੀਜ਼ ਬਣਾਈ ਲੱਗਦੀ ਸ਼ਾਇਦ ਇੱਥੇ, ਵਾਹ ਅੱਗੇ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਚੱਕਰ ਸੀਗਾ। ਹਾਂ ਹਾਂ, ਜਿਹੜਾ ਬੰਦਾ ਉਹਦੇ ਪੈਸੇ ਲਾ ਰਹੇ ਸੀ ਉਹ, ਪਰ ਬੰਦਾ ਪੂਰਾ ਹੋ ਗਿਆ ਸੀਗਾ, ਉਹ ਪਿੰਡ ਦਾ ਵਿਕਾਸ ਉੱਥੇ ਹੀ ਖੜ ਗਿਆ, ਪਰ ਹੁਣ ਆਹ ਪਿੰਡ ਦਾ ਵਿਕਾਸ ਯਾਰ ਕਮਾਲ ਕੀਤੀ ਪਈ ਹੋਰ ਯਾਰ, ਲਾਇਬ੍ਰੇਰੀ ਦਿਖਾਊਂਗਾ ਜਿਹੜੀ ਯਾਰ ਬੰਦੇ ਨੇ ਲਾਇਬ੍ਰੇਰੀ ਬਣਾਈ ਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ 'ਤੇ ਲਾਇਬ੍ਰੇਰੀ ਬਣਾਈ ਹੋਈ ਆ। ਬਾਕੀ ਯਾਰ ਪਿੰਡ ਦੀਆਂ ਗਲੀਆਂ ਕਿੰਨੀਆਂ ਖੁੱਲੀਆਂ ਯਾਰ, ਮੈਂ ਕਹਿੰਦਾ ਯਾਰ ਚੰਡੀਗੜ੍ਹ ਦਾ ਜਿਹੜਾ ਚੰਡੀਗੜ੍ਹ ਦੀ ਝਲਕ ਪਾਉਂਦਾ ਪਿੰਡ ਇਹ ਨਾ, ਕਮਾਲ ਕੀਤੀ ਪਈ ਆ। ਜੇ ਤੁਸੀਂ ਪਿੰਡ ਦੇ ਵਿੱਚ ਆਓਗੇ ਯਾਰ, ਮੈਂ ਕਹਿੰਦਾ ਜੇ ਬਿਨਾਂ ਰੋਕੇ ਤੁਸੀਂ ਲੰਘ ਨਹੀਂ ਸਕਦੇ ਇੱਥੋਂ, ਇੰਨੀ ਕੁ ਗੱਲਬਾਤ ਆ। ਦਫ਼ਤਰ ਕੂੜਾ ਘਰ, ਇਹ ਦਫ਼ਤਰ ਆ, ਇੱਥੇ ਸਾਰੀ ਪੁੱਛ ਗਿੱਛ ਵਗੈਰਾ, ਜਿਹੜਾ ਬੰਦਾ ਬੈਠਿਆ ਕਰੂਗਾ, ਹਜੇ ਕੰਮ ਸ਼ੁਰੂ ਨਹੀਂ ਹੋਇਆ, ਪਰ
ਅਸੀਂ ਤੁਹਾਨੂੰ ਦਿਖਾਤਾ ਹੈ ਨਾ, ਆਹ ਦੇਖੋ ਇੱਥੇ ਦਫ਼ਤਰ ਬਣਾਤਾ ਇਹਨਾਂ ਨੇ, ਜਿੱਥੇ ਬੰਦਾ ਬੈਠਿਆ ਕਰੂਗਾ, ਸਾਰੀ ਲਿਖਤ ਪੜ੍ਹਤ ਜਿੰਨੀ ਵੀ ਹੁੰਦੀ ਉਹ ਕਰਿਆ ਕਰੂਗਾ, ਅਤੇ ਇਹ ਤੁਹਾਡਾ ਕੂੜਾ। ਇੱਕ ਗੱਲ ਹੋਰ ਅਮਰਦੀਪ, ਪਿੰਡ ਦੇ ਬੰਦੇ ਰੋਜ਼ਗਾਰ ਹੀ ਮਿਲੂਗਾ, ਰੋਜ਼ਗਾਰ ਮਿਲੂਗਾ ਹੈ ਨਾ, ਕਿਉਂਕਿ ਆਪਾਂ ਇੱਥੇ ਦਫ਼ਤਰ ਪਿੰਡ ਦਾ ਬੰਦਾ ਹੀ ਬੈਠੂਗਾ। ਮੇਰੀ ਇੱਕ ਗੱਲ ਹੋਰ ਸੁਣ ਬਾਈ, ਕਦੇ ਗੱਲ ਸੁਣੀ ਆਪਾਂ ਵੀ ਕੂੜਾ ਵੇਚੋ? ਹਾਂ ਨਹੀਂ ਯਾਰ, ਆਪਾਂ ਕੂੜਾ ਵਿਕਦਾ ਤਾਂ ਨਹੀਂ ਕਿਤੇ ਬਈ, ਕੂੜਾ ਕੂੜਾ ਆਪਦਾ ਕੂੜਾ ਲਿਆਓ ਤੇ ਤੁਹਾਨੂੰ ਪੈਸੇ ਮਿਲਣਗੇ, ਇਹ ਗੱਲ ਦੇਖੀ ਤਾਂ ਨਹੀਂ ਨਹੀਂ, ਪਹਿਲੀ ਵਾਰ ਹੋਈ ਹੈ ਨਾ। ਇਹ ਨਵੀਂ ਸਕੀਮ ਆ, ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ, ਬਹੁਤ ਵਧੀਆ, ਹਾਂ ਬਹੁਤ ਵਧੀਆ, ਕਮਾਲ ਆ ਯਾਰ। ਦੇਖੋ ਯਾਰ ਤੁਸੀਂ ਕਿੰਨਾ ਘੈਂਟ ਯਾਰ, ਹੋਰ ਤਾਂ ਹੋਰ ਆ, ਬਾਕਸਾਂ ਦੇ ਵੀ ਰੰਗ ਕੀਤਾ ਦੇਖੋ ਕਿੰਨਾ ਸੋਹਣਾ ਲੱਗਦਾ। ਹਾਂ ਬਹੁਤ ਸੋਹਣਾ ਡੈਕੋਰੇਸ਼ਨ ਬਣਾਈ ਵੀ ਆ, ਪੂਰੀ ਵਧੀਆ ਬਾਈ, ਪੂਰੀ ਪਿੰਡ ਸਾਰਾ ਯਾਰ ਡੈਕੋਰੇਟ ਕੀਤਾ ਬੰਦੇ ਨੇ ਯਾਰ, ਅਲੱਗ ਜਿਹਾ ਪਿੰਡ ਲੱਗਦਾ ਪੰਜਾਬ ਹੈ ਨਾ ਇਹ। ਹਾਂ ਸਾਡੇ ਕੋਲੇ ਸੀ, ਅਸੀਂ ਅੱਜ ਦੇਖਿਆ ਵੀ ਯਾਰ ਕਮਾਲ ਕੀਤੀ ਪਈ ਯਾਰ ਬੰਦੇ ਨੇ। ਹੁਣ ਸ਼ੇਅਰ ਕਰਿਓ ਬਾਈ ਦੱਬ ਕੇ ਇਹੋ ਜਿਹੇ ਸਰਪੰਚ ਨੂੰ, ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਵੀ ਯਾਰ, ਮੰਨ ਕੇ ਚਲੋ ਸ਼ਾਬਾਸ਼ ਹੀ ਜ਼ਰੂਰ ਦਿਓ ਹੁਣ ਇੱਕ ਹਿਸਾਬ ਦੀ, ਸ਼ੇਅਰ ਕਰਿਓ। ਬਹੁਤ ਘੈਂਟ ਬੰਦਾ ਬਾਈ, ਨੇਚਰ ਦਾ ਹੀ ਬਹੁਤ ਘੈਂਟ ਆ ਜਿਹੜਾ ਇਹ ਸਰਪੰਚ ਬਾਈ, ਮਿੰਟੂ ਸਰਪੰਚ, ਮਿੰਟੂ ਸਰਪੰਚ ਹੈ ਨਾ ਬਾਈ, ਮਿੰਟੂ ਸਰਪੰਚ ਆ। ਅਤੇ ਤੁਸੀਂ ਯੂਟਿਊਬ 'ਤੇ ਵੀ ਦੇਖੋਗੇ ਬਾਈ ਦੀਆਂ ਇੰਟਰਵਿਊਆਂ, ਬਹੁਤ ਹੰਬਲ ਬੰਦਾ, ਸਿਰਾ ਗੱਲਬਾਤ ਆ ਯਾਰ। ਹੋ ਸਕਿਆ ਆਪਾਂ ਲੈ ਕੇ ਵੀ ਆਵਾਂਗੇ ਉਹਨਾਂ ਨੂੰ, ਹਾਂ ਉਹਨਾਂ ਨੂੰ ਲੈ ਕੇ ਵੀ ਆਵਾਂਗੇ। ਬਹੁਤ ਯਾਰ ਬਹੁਤ ਸੋਹਣੀ ਗੱਲਬਾਤ ਆ, ਬਹੁਤ ਸਿਰਾ ਕੀਤਾ ਪਿਆ ਯਾਰ ਪਿੰਡ ਦੇ ਵਿਕਾਸ ਲਈ, ਇੰਨਾ ਕੁਝ ਸੋਚਦਾ ਨਹੀਂ ਅੱਜ ਦੇ ਟਾਈਮ 'ਚ ਨਾ, ਹਰੇਕ ਆਪਦਾ ਘਰ ਭਰਨ ਦੀ ਗੱਲ ਕਰਦਾ, ਪਰ ਨਹੀਂ ਇਹ ਤਾਂ ਸਿਰਾ ਕੀਤਾ ਪਿਆ, ਕਮਾਲ ਆ ਯਾਰ। ਥੈਂਕ ਯੂ, ਸ਼ੇਅਰ ਕਰਿਓ ਦੱਬ ਕੇ, ਜਿਹੜੇ ਆਪਦੇ ਪਿੰਡ ਨੂੰ ਵੀ ਇਹੋ ਜਿਹਾ ਬਣਿਆ ਦੇਖਣਾ ਚਾਹੁੰਦੇ, ਸ਼ੇਅਰ ਕਰੋ ਇਹੋ ਜਿਹੇ ਸਰਪੰਚ ਜਿਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਚਾਹੀਦੇ ਆ, ਸ਼ੇਅਰ ਕਰਿਓ। ਧੰਨਵਾਦ।